ਅਸਮਾਨੀ ਬਿਜਲੀ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਪੱਟੀ ਸਬ ਡਿਵੀਜ਼ਨ ਦੇ ਪਿੰਡ ਤੂਤ ਵਿਖੇ ਮੋਟਰ ਦੇ ਚੁਬੱਚੇ ਨਜ਼ਦੀਕ ਨਹਾ ਕੇ ਖੜੇ 6 ਵਿਅਕਤੀਆਂ ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ, ਜਿਨ੍ਹਾਂ ਚੋਂ 3 ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ 2 ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੁਖਦੇਵ ਸਿੰਘ ਪਿੰਡ ਸਹੋਲੀ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਸਦੇ ਨਾਲ ਕੰਬਾਈਨ ਤੇ 4 ਵਿਅਕਤੀ ਕੰਮ ਕਰਦੇ ਨੇ ਅਤੇ ਉਹ ਪਿਛਲੇ 10 ਦਿਨਾਂ ਤੋਂ ਪੱਟੀ ਇਲਾਕੇ ਵਿੱਚ ਕਣਕ ਵੰਡਣ ਆਏ ਹੋਏ ਸਨ। ਇਸੇ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਇਹ ਗੁਰਲਾਲ ਸਿੰਘ ਪਿੰਡ ਤੂਤ ਦਾ ਰਹਿਣ ਵਾਲਾ, ਉਹਦੇ ਘਰ ਕੰਬਾਈਨਾਂ ਆਈਆਂ, ਕੰਬਾਈਨਾਂ ਦੇ ਡਰਾਈਵਰ ਆਏ, ਉਹ ਲਾਈਟਾਂ ਜਦੋਂ ਲਿਸ਼ਕੀ, ਬਿਜਲੀ ਲਿਸ਼ਕੀ ਸਮਾਨੀ, ਉਹਦੇ ਨਾਲ ਇਹਨਾਂ ਦੀ ਮੌਤ ਹੋ ਗਈ। ਆ ਮੋਬਾਈਲ ਨੂੰ ਬੱਤੀ ਪਈ, ਬੱਤੀ ਪੈਣ ਕਰਕੇ ਜਿੱਥੇ ਜਿੱਥੇ 3-4 ਜਣੇ ਖੜ੍ਹੇ ਸੀ, 3-4 ਦਾ ਮੌਤ ਦਾ ਨੁਕਸਾਨ ਹੋ ਗਿਆ ਅਤੇ 4 ਜਣੇ ਹੋਰ ਨੇ ਉਹਨਾਂ ਫੱਟੜ ਹੋ ਗਏ। ਉਹਨਾਂ ਨੂੰ ਅਸੀਂ ਸਹੂਲਤ ਦੇ ਕੇ ਅਤੇ ਬਚਾ ਲਿਆ, ਡਾਕਟਰੀ ਲਾਈਨ ਕਰਕੇ ਇਹਨਾਂ ਨੂੰ ਅਸੀਂ ਇੱਥੇ ਪੱਟੀ ਲੈ ਕੇ ਆਉਂਦਾ, ਇਹ ਨਹੀਂ ਬਚ ਸਕਿਆ।